ਵਾਲਾ ਕਿੱਕਾ ਰਹਿ ਗਿਆ ਰੰਗ ਲੈ ਪਿੰਡਾ ਬਹੁਣ ਕਿੱਕਾ ਪੈ ਗਿਆ ਬਸ ਮੱਥੇ ਉੱਤੇ ਨਸ਼ੇ ਵਾਲਾ ਕਿੱਕਾ ਰਹਿ ਗਿਆ ਸਤਿਕਾਰ ਯੋਗ ਪ੍ਰਿੰਸੀਪਲ ਸਾਹਿਬਾਨ ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਸਾਥੀਓ ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਅੰਜਲੀ ਹੈ ਮੈਂ ਸੱਤਵੀਂ ਜਮਾਤ ਦੀ ਵਿਦਿਆਰਥਣ ਹਾਂ ਮੈਂ ਅੱਜ ਤੁਹਾਡੇ ਸਾਹਮਣੇ ਨਸ਼ਾ ਵਿਰੋਧ ਕੁਝ ਵਿਚਾਰ ਪੇਸ਼ ਕਰਨ ਜਾ ਰਹੀ ਹਾਂ ਇਹ ਆਮ ਕਹਾਵਤ ਹੈ ਨਸ਼ਾ ਨਾਸ਼ ਕਰਦਾ ਹੈ ਨਸ਼ਾ ਕਰਨ ਵਾਲਿਆਂ ਨੂੰ ਇਹ ਤਾਂ ਪਤਾ ਹੁੰਦਾ ਹੈ ਨਸ਼ੇ ਕਰਨਾ ਨੁਕਸਾਨ ਹੁੰਦਾ ਹੈ ਪਰ ਫਿਰ ਵੀ ਉਹ ਨਸ਼ਾ ਵਾਲੇ ਪਏ ਵਿੱਚ ਦਿਖਦੇ ਜਾ ਰਹੇ ਹਨ ਇਹ ਨਸ਼ਾ ਇੱਕ ਦਲਦਲ ਹੈ ਤੁਸੀਂ ਬਸ ਇਸ ਦਲਦਲ ਵਿੱਚ ਇੱਕ ਕਦਮ ਰੱਖਣਾ ਬਾਕੀ ਕੰਮ ਉਹ ਆਪ ਹੀ ਕਰ ਲਵੇਗਾ ਇਹ ਦਲਦਲ ਸਾਡੇ ਸਾਰੇ ਪਾਸੇ ਹੈ ਨਸ਼ਾ ਇੱਕ ਬਿਮਾਰੀ ਹੈ ਜਿਸ ਨੂੰ ਇਹ ਬਿਮਾਰੀ ਇੱਕ ਵਾਰੀ ਲੱਗ ਜਾਂਦੀ ਹੈ ਉਸ ਦਾ ਮੱਧੇ ਦਮ ਤੱਕ ਪਿੱਛਾ ਨਹੀਂ ਛੱਡਦੀ ਸਾਡਾ ਪੰਜਾਬ ਇਸ ਦੀ ਲਪੇਟ ਵਿੱਚ ਆਇਆ ਹੋਇਆ ਹੈ ਕਈ ਨੌਜਵਾਨ ਤਾਂ ਇਸ ਦੇ ਪੰਜਾਬ ਵਿੱਚ ਫਸ ਚੁੱਕੇ ਹਨ ਜਿਸ ਕਾਰਨ ਨੌਜਵਾਨ ਸਿਰਫ ਆਪਣੇ ਭਵਿੱਖ ਨੂੰ ਹੀ ਨਹੀਂ ਬਲਕਿ ਆਪਣੇ ਦੇਸ਼ ਸਮਾਜ ਘਰ ਨੂੰ ਵੀ ਖਰਾਬ ਕਰ ਰਹੇ ਹਨ ਨਸ਼ੇ ਨੇ ਤਾਂ ਪੰਜਾਬ ਦੀ ਜਵਾਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਨਸ਼ਾ ਕਈ ਪ੍ਰਕਾਰ ਦੇ ਹਨ ਜਿਵੇਂ ਅਫੀਮ ਗਾਂਜਾ ਸਿਗਰਟ ਤਮਾਕੂ ਸ਼ਰਾਬ ਆਦਿ ਇਹਨਾਂ ਨਸ਼ਿਆਂ ਨਾਲ ਹੀ ਤਾਂ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ ਕਈ ਮਾਵਾਂ ਦੇ ਪੁੱਤਰ ਤਾਂ ਨਸ਼ਿਆਂ ਤੇ ਲੱਗ ਰਹੇ ਹਨ ਸੋਚੋ ਮਾਵਾਂ ਦਾ ਕੀ ਹੋਵੇਗਾ ਜਿਨ੍ਹਾਂ ਦੇ ਪੁੱਤ ਨਸ਼ਿਆਂ ਤੇ ਲੱਗ ਗਏ ਹਨ ਨਸ਼ਾ ਮਾਨਸਿਕ ਅਤੇ ਸਰੀਰਕ ਤੌਰ ਤੇ ਅਸਰ ਕਰਦਾ ਹੈ ਨਸ਼ਾ ਵੇਚਣ ਵਾਲੇ ਬੱਚਿਆਂ ਨੂੰ ਨਸ਼ੇ ਤੇ ਲਗਾ ਰਹੇ ਹਨ ਕਈ ਪਿੰਡ ਤਾਂ ਨਸ਼ਿਆਂ ਦੇ ਅੱਡੇ ਬਣ ਗਏ ਹਨ ਪੱਕੀ ਬਦਲਾ ਦੀ ਛਾਂ ਕੋਈ ਨਾ ਮੇਰੇ ਪੁੱਤਰੋ ਹੋਸ਼ ਕਰੋ ਇਹਨਾਂ ਨਸ਼ਿਆਂ ਦੀ ਮਾਂ ਕੋਈ ਨਾ ਕੀ ਇਹ ਨਸ਼ਾ ਖਤਮ ਨਹੀਂ ਹੋ ਸਕਦਾ ਨਸ਼ੇ ਦਾ ਸੇਵਨ ਇੱਕ ਬਹੁਤ ਵੱਡਾ ਧੋਖਾ ਹੈ ਇਹ ਲਾਹਨਤ ਨੂੰ ਖਤਮ ਕਰਨ ਲਈ ਨੌਜਵਾਨਾਂ ਨੂੰ ਆਪਣੀ ਕਮਰ ਕਸਣੀ ਚਾਹੀਦੀ ਹੈ ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਉਹਨਾਂ ਨੂੰ ਭਟਕਣ ਤੋਂ ਰੋਕਣਾ ਚਾਹੀਦਾ ਹੈ ਨਸ਼ੇ ਵੇਚਣ ਵਾਲਿਆਂ ਨੂੰ ਪੁਲਿਸ ਨੂੰ ਫੜਾਉਣਾ ਚਾਹੀਦਾ ਹੈ ਨਸ਼ੇ ਕਰਨ ਵਾਲੇ ਬੱਚਿਆਂ ਨੂੰ ਰੋਕਣਾ ਤੇ ਸਮਝਾਉਣਾ ਚਾਹੀਦਾ ਹੈ ਨਸ਼ਾ ਖਤਮ ਕਰਨ ਦੀ ਮੁਹਿੰਮ ਵਿੱਚ ਬਹੁਤ ਵੱਡਾ ਕਦਮ ਸਾਬਿਤ ਹੋਏਗਾ ਨਸ਼ਾ ਰਹਿਤ ਸਮਾਜ ਨੂੰ ਬਹੁਤ ਤਰੱਕੀ ਤੇ ਲੈ ਜਾਵੇਗਾ ਸੋ ਮੈਂ ਅੰਤ ਵਿੱਚ ਕਹਿਣਾ ਚਾਹੁੰਦੀ ਹਾਂ ਨਸ਼ਿਆਂ ਦੀ ਰੋਕੋ ਸਰਦਾਰੀ ਨਹੀਂ ਤਾਂ ਰੁਕੇਗੀ ਕੌਮ ਉਸਾਰੀ ਆਓ ਮਨ ਵਿੱਚ ਨਸ਼ਾ ਵਿੱਚ ਗਾਈਏ ਸ਼ਹੀਦ ਭਗਤ ਸਿੰਘ ਦੇ ਇਸ ਦੇਸ਼ ਨੂੰ ਨਸ਼ਾ ਮੁਕਤ ਬਣਾਈਏ ਧੰਨਵਾਦ।